ਹਾਂ ਜੀ ਦੋਸਤ ਬਾਬਾ ਨੂੰ ਮੈਂ ਨਾ ਬੇਡਾਂ ਦੇ ਬਾਰੇ ਦੱਸਿਆ ਨਾ ਥੋੜ੍ਹਾ ਜਿਹਾ, ਇਹ ਬੇਡਾਂ ਚਰਦੀਆਂ ਵਧੀਆ ਅਤੇ ਇਹ ਵੇਖੋ ਨਾ ਇੰਨੀਆਂ ਦੂਏ ਦੇ ਵਿੱਚ ਚਰਦੀਆਂ ਗੱਤੀਆਂ ਨਾ, ਜਿੱਥੇ ਗਾਰਾ ਸ਼ਾਰਾ ਪੀਉਂਦਾ ਇੱਥੇ ਗੱਟਾ ਮਿੱਟੀ ਵਾਲੀ ਜਗ੍ਹਾ ਦੇ ਉੱਤੇ ਚਰਦੀਆਂ ਗੱਤੀਆਂ, ਇਹਨਾਂ ਦੇ ਬਾਰੇ ਮੈਂ ਤੁਹਾਨੂੰ ਸਾਰੇ ਬਿਰਾਉਣ ਦੱਸਿਆ ਨਾ ਥੋੜ੍ਹੀ ਜਿਹੀ ਬਾਰੇ ਵੀ ਕਿਹੜੀ ਬੇਡ ਰੱਖਣੀ ਚਾਹੀਦੀ ਅਤੇ ਕਿਹੜੀ ਨਹੀਂ ਰੱਖਣੀ ਚਾਹੀਦੀ ਅਤੇ ਕਿਹੜੀ ਬੇਡ ਠੀਕ ਹੈ, ਅਤੇ ਇਹ ਮੇਰੇ ਕੋਲ ਬੇਡਾਂ ਥੋੜ੍ਹੀ ਜਿਹੀ ਪਹਿਲਾਂ ਵੇਖ ਲਓ ਅਤੇ ਬਾਕੀ ਬਾਰੇ ਇਹਦੇ ਬਾਰੇ ਤੁਹਾਨੂੰ ਸਾਰੀ ਗੱਲਬਾਤ ਦੱਸਿਆ ਨਾ ਇਨਸ਼ਾਅੱਲਾ। ਤੁਹਾਨੂੰ ਮੈਂ ਨਾ ਆਉਂਦਾ ਪਿਆ ਘਰ ਤਿਆਨੂੰ ਆਉਂਦਾ ਉਸ ਬਿੱਲਾ ਜੀ ਮੈਨੇ ਸ਼ਹੀਦ ਮਹਾਰਾਜ ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਹਾਂ ਮੁਹੰਮਦ ਅਸਗਰ ਤਰੇਲੀ, ਤੂੰ ਸਮਝਦੇ ਪਿਆ ਮੇਰਾ ਯੂਟਿਊਬ ਚੈਨਲ ਪੰਜਾਬੀ ਭਾਈ ਪੀ ਕੇ, ਅਤੇ ਅੱਜ ਵਾਲਾ ਵਿਲਾਗ ਜਿਹੜਾ ਨਾ ਬੜਾ ਮਜ਼ੇ ਦਾ ਆਉਣ ਵਾਲਾ, ਅਤੇ ਮੈਂ ਤੁਹਾਨੂੰ ਦੱਸਿਆ ਨਾ ਬੇਡਾਂ ਦੇ ਬਾਰੇ ਅਤੇ ਬੇਡਾਂ ਦੀ ਕਿਸਮਾਂ ਦੇ ਬਾਰੇ ਦੱਸਿਆ ਸਾਂ, ਅਤੇ ਉਮੀਦ ਕਰਿਆ ਸਾਂ ਕਿ ਤੁਹਾਨੂੰ ਇਹ ਛੋਟਾ ਜਿਹਾ ਵਿਲਾਗ ਮੇਰਾ ਪਸੰਦ ਹੀ ਅਮਸੀ, ਅਤੇ ਇਨਸ਼ਾਅੱਲਾ ਤਾਂ ਮੇਰੇ ਨਾਲ ਜੁੜੇ ਰਿਹਾ ਵਿਲਾਗ ਕਰਨ ਦੇ ਪਿਆ ਸ਼ੁਰੂ। ਅਤੇ ਪਹਿਲਾਂ ਤਾਂ ਆਹ ਵੇਖੋ ਨਾ ਜੀ, ਆਹ ਚਾਚਾ ਕੀ ਹੋਇਆ ਬੇੜ ਨੂੰ ਇੱਥੇ, ਆਹ ਬੇੜ ਨੂੰ ਖਾਰਿਸ਼ ਹੋਈ ਖਲੋਤੀ ਹੈ ਅਤੇ ਖੁਰਕੇਨ ਦੀ ਰਾਂਦੀ ਸ਼ੋਦੀ, ਇਹ ਮੁੜ ਉੱਤੋਂ ਤੁਸੀਂ ਆਪ ਮੁੰਨੀ ਹੈ ਜਾਂ ਕੀ ਵਜ੍ਹਾ, ਸੁੰਬਾ ਨਾਲ ਆਪ ਬੇੜ ਮੁੰਨ ਛੁੜਨ। ਅੱਛਾ ਹਰ ਚੀਜ਼ ਤਾਂ ਤੁਹਾਨੂੰ ਬਾਅਦ ਵਿੱਚ ਮੈਂ ਦੱਸਿਆ ਨਾ, ਅਤੇ ਪਹਿਲਾਂ ਤੁਸੀਂ ਸਿੰਘਾਂ ਨਾਲ ਲੈ ਲਾ ਵੇਖ ਲਓ, ਹਰ ਚੀਜ਼ ਤਾਂ ਵਹਿੰਦੇ ਹੋ, ਕਦੇ ਸਿੰਘਾਂ ਨਾਲ ਲੈ ਲਾ ਨਾ ਵੇਖਿਆ ਉਸਨੇ, ਇਹ ਸਿੰਘਾਂ ਨਾਲ ਲੈ ਲਾ ਹੀ ਨੇ ਭਜਨ, ਆਹ ਚੈੱਕ ਕਰ ਲਓ ਆਹ ਸਿੰਘ ਬੜਾ ਪਿਆਰਾ ਖੂਬਸੂਰਤ ਲੈ ਲਾ, ਅਤੇ ਇਹ ਉਹ ਜਾਨਵਰ ਹੈ ਭੇਡਾਂ ਉਹ ਜਾਨਵਰ ਹਨ ਬਈ ਜਿਹੜੇ ਦਾ ਸਰਦੀ ਗਰਮੀ ਹਰ ਚੀਜ਼ ਇਹਦਾ ਫਾਇਦਾ ਹੀ ਫਾਇਦਾ, ਇਹਦਾ ਨੁਕਸਾਨ ਕੋਈ ਨਹੀਂ, ਨੁਕਸਾਨ ਤਾਂ ਵੈਸੇ ਜਾਨਵਰ ਕਿਸੇ ਦਾ ਹੀ ਕੋਈ ਨਹੀਂ, ਅਤੇ ਇਹ ਜਿੱਥੇ ਜਿਹੜਾ ਨਾ ਇਹਨਾਂ ਨੂੰ ਪੱਠਾ ਨਾ ਹੀ ਅਗਰ ਲੱਭੇ ਨਾ ਬੰਦੇ ਨੂੰ ਚਰੇ ਮਰੇ ਤਾਂ ਵਧੀਆ ਰਹਿੰਦੇ, ਹੁਣ ਇੱਥੇ ਵੇਖਣਾ ਮਿੱਟੀ ਜਿਹੀ ਦੇ ਨਾਲ ਹੈ ਚਰਦੀਆਂ ਗੱਤੀਆਂ ਛੋਤੀਆਂ, ਆਹ ਚਰਦੀਆਂ ਗੱਤੀਆਂ, ਅਤੇ ਦੂਜਾ ਨੰਬਰ ਆਹ ਵੇ ਆਹ ਸੁੱਕੇ ਤੁਖਾਂ ਦੀਆਂ ਗੱਤੀਆਂ, ਆਹ ਪੱਠ ਦੂ ਖਲੋ ਅਤੇ ਆਹ ਵੇਖੋ ਆਹ ਵਿੱਚ ਚੁਣ ਦੀਆਂ ਗੱਤੀਆਂ ਪੁਰਾਣੀ ਅਤੇ ਪੁਰਾਣੀ ਜਿਹੜੀ ਹੈ ਨਾ ਜਿਹੜੀ ਮਿੱਟੀ ਛਿੱਟੀ ਅਤੇ ਨਾਲ ਇਹ ਬੜਾ ਪਿਆਰਾ ਜਾਨਵਰ, ਅਤੇ ਇਹਦਾ ਇਹ ਪਿਆ ਬਈ ਇਹ ਜਿਹੜਾ ਨਾ ਇੱਕ ਤਾਂ ਇਹ ਸਾਲ ਦੇ ਵਿੱਚ ਬਾਬਾ ਝੋਖੇ ਸੁਬਹ ਸੌਂਦੀਆਂ ਸਾਲ 'ਚ ਇੱਕ ਸੁਬਹ ਸੌਂਦੀਆਂ, ਅਤੇ ਇਹਦੀ ਉਨ ਤਾਂ ਹੀ ਵਿਕਦੀ ਹੈ, ਉਨ ਤਾਂ ਹੀ ਇਹਦੀ ਵਿਕਦੀ ਰਹਿੰਦੀ ਹੈ, ਦੂਜਾ ਜਾਨਵਰ ਹੋਵੇ ਨਾ ਉਹਦੀ ਉਨ ਨਹੀਂ ਵਿਕਦੀ, ਅਤੇ ਇਹਦੀ ਉਨ ਦੇ ਤੁਹਾਨੂੰ ਪਤਾ ਹੀ ਹੈ ਕੱਪ ਇਹ ਬਣਦੇ ਨਾ ਹੈ ਕੰਬਲ ਹੋ ਗਏ, ਉਸ ਤੋਂ ਬਾਅਦ ਉਨ ਦੇ ਬਣਦੇ ਨੂੰ ਕੋਟ ਹੋ ਗਏ, ਅਤੇ ਬੜੀ ਪਿਆਰੀ ਨਸਲ ਹੈ ਪਈ ਹੈ ਬਾਬਾ, ਜ਼ਿਆਦਾ ਕਿਹੜੀ ਨਸਲ ਦੀਆਂ ਇੱਥੇ ਇਹ ਸਾਰੀਆਂ ਦੇਸੀ ਹੈ, ਹਾਂ ਇਹ ਦੇਸੀ ਬੈਠਣ ਬੈਠਣ ਸਾਰੀਆਂ, ਅਤੇ ਇਹ ਰੰਗ ਇਹਨਾਂ ਦਾ ਕਿਉਂ ਮੱਠ ਹੋਇਆ ਪਤਾ ਇਹ ਕੀ ਵਜ੍ਹਾ ਯਾਰ, ਅੱਗੇ ਤਾਂ ਚਿੱਟੀਆਂ ਦੋ ਦੋਂਦੀਆਂ ਨੇ ਇੱਥੇ, ਅਸਲ ਨਾਲ ਇੱਥੇ ਮੁੜੇ ਚਰਦੀਆਂ ਛਰਦੀਆਂ ਰਹਿੰਦੀਆਂ ਨਾ, ਅਤੇ ਪਹਾੜਾਂ 'ਤੇ ਗੱਟਾ ਕੋਈ ਨਹੀਂ ਹੁੰਦਾ ਬਾਬਾ ਦਾ, ਇਸ ਵਜ੍ਹਾ ਵੇਖੋ ਨਾ ਮਿੱਟੀ ਛਿੱਟੀ ਜੇ ਅੱਛਾ ਇਹਨਾਂ ਨੂੰ ਲੱਭਦੇ ਉਹ ਬੇੜੀ ਪੈਂਦੀਆਂ ਅਤੇ ਬੜੀਆਂ ਖੂਬਸੂਰਤ ਆਉਂਦੀਆਂ, ਅਤੇ ਇਹਨਾਂ ਦਾ ਦੁੱਧ ਹੀ ਵਿਕਦਾ ਮਾਸ਼ਾਅੱਲਾ, ਦੁੱਧ ਇਹਨਾਂ ਦਾ ਇਤਨਾ ਘੱਟ ਹੁੰਦਾ ਵੀ ਮੱਝੀ ਨਾਲ ਇਹਨਾਂ ਦਾ ਜ਼ਿਆਦਾ ਦੁੱਧ ਘੱਟ ਹੁੰਦਾ, ਅਤੇ ਬਾਕੀ ਜਿਹੜੇ ਤਾਂ ਵਾਲ ਸ਼ਾਲ ਠਾਂਦੇ ਹੋਣ ਸਿਰ 'ਤੇ ਉਹ ਹੀ ਬੰਦੇ ਲੈਂਦੇ ਨੇ, ਅਤੇ ਉਹਨਾਂ ਦੇ ਵਾਲ ਰੋਕ ਜਾਂਦੇ, ਬੜੀ ਪਿਆਰੀ 6 ਮਹੀਨੇ ਦਾ ਇਹਦਾ ਹੋਵੇ ਕਿ ਉਹਦੇ ਨਾਲ ਦੁੰਬਾ ਤਾਂ ਉਹ ਕੁਰਬਾਨੀ 'ਤੇ ਲੱਗ ਜਾਂਦਾ, 6 ਮਹੀਨੇ ਦਾ ਜਿਹੜਾ ਦੁੰਬਾ ਨਾ ਇਹਨਾਂ ਦਾ ਯਾਨੀ ਕਿ ਜਿਹੜਾ ਫਲ ਹੋਵੇ ਉਹ 6 ਮਹੀਨੇ ਦਾ ਕੁਰਬਾਨੀ 'ਤੇ ਲੱਗ ਜਾਂਦਾ, ਉਸ ਤੋਂ ਬਾਅਦ ਜਨਾਬ ਕਿ ਬੜੇ ਫਾਇਦੇ ਮੰਨਦੇ ਨੇ, ਅਤੇ ਸਾਲ 'ਚ ਇਹ 1 ਅੱਧਾ ਸੂਆ ਸੌਂਦੀਆਂ, ਦੋ ਦਿੰਦੀਆਂ, ਅਤੇ ਇਹਨਾਂ ਦੀ ਉਨ ਨਹੀਂ ਵਿਕਦੀ ਹੈ, ਇਹ ਹੁਣ ਸਾਰੀਆਂ ਖਲੋਤੀਆਂ, ਅੱਜ ਕੱਲ੍ਹ ਹੈ ਨਾ ਸਰਦੀ, ਅਤੇ ਸਰਦੀ ਆ ਹੁਣ ਗਈ ਹੈ ਤੁਹਾਨੂੰ ਪਤਾ ਹੀ ਹੈ, ਤਕਰੀਬਨ ਕੋਈ ਹੋ ਗਏ ਮਹੀਨਾ ਪੂਰਾ ਸਰਦੀ ਰਹੀ ਹੈ, ਅੱਜ ਦੂਵੇ ਦਿਨ ਸਾਡੇ ਕੋਲ ਇੱਥੇ ਧੁੱਪ ਨਿਕਲੀ, ਕੁਝ ਵਧੀਆ ਕੁਝ ਆ ਚਰਦੀਆਂ ਕੱਤੀਆਂ, ਅਤੇ ਦੋਸਤ ਬਾਪ ਜਿਹੜੇ ਹਨ ਨਾ ਅਗਰ ਭੇਡਾਂ ਪਾ ਲੈਣ
ਤਾਂ ਗੁਰਬਤ ਦਾ ਖਾਤਮਾ ਹੋ ਸਕਦਾ ਯਾਨੀ ਕਿ 15-20 ਭੇਡਾਂ ਰੱਖ ਲਵਣ ਤਾਂ ਬੱਚਤ ਹੀ ਬੱਚਤ ਹੈ ਭਾਈ ਭੇਡਾਂ ਦੇ ਵਿੱਚ ਬੜੀ ਪਿਆਰੀ ਬੱਚਤ ਹੈ ਨਾ ਇਹਦੀਆਂ ਖਾਂਦੀਆਂ ਪੀਂਦੀਆਂ ਤਾਂ ਖੈਰ ਕਾਫੀ ਹਨ ਜੇ ਸ਼ਾਇਦ ਲੱਭਦੇ ਉਹ ਖਾ ਜਾਂਦੀਆਂ ਇਹ ਹੁਣ ਲੱਕੜੀ ਦੇ ਵਿੱਚੋਂ ਕਿਹ ਚੁਣਦੀ ਕਰਦੀ ਆ ਪੁਰਾਣਾ ਸੁੱਕਾ ਤੋਂ ਸੁੱਕਾ ਬੂਰਾ ਜਿਹੜਾ ਉਹ ਵੇਖਾਂਦੀ ਕਰਦੀ ਨਾ ਐਂ ਵੇਖੋ ਅਤੇ ਇਹ ਬਾਬੇ ਹੋਰੀ ਦਮੀ ਨਾਲ ਆਉਂਦੇ ਨੇ ਸਾਡੇ ਕੋਲ ਇੱਥੇ ਅਤੇ ਇਹ ਸਾਰਾ ਤਾਂ ਇਹੋ ਮੋਟਰਵੇ ਦੇ ਵਿੱਚ ਚੜ੍ਹਦੀਆਂ ਰਹਿੰਦੀਆਂ ਚੜ੍ਹਨ ਤੋਂ ਬਾਅਦ ਮੁੜੇ ਸ਼ਾਮ ਟਾਈਮ ਲੱਤ ਲੱਗੇ ਜਾਂਦੇ ਨੇ ਬਾਕੀ ਇਹ ਪਾਲਾ ਸ਼ਾਲਾ ਇਹਨਾਂ ਨੂੰ ਘੱਟ ਲੱਗਦਾ ਉਹਦੀ ਵਜ੍ਹਾ ਇਹ ਪਈ ਨਾ ਇਹਨਾਂ ਦੀ ਉਨ ਬੜੀ ਮੋਟੀ ਹੁੰਦੀ ਹੈ ਉਨ ਦੇ ਵਿੱਚ ਰਹਿੰਦੀਆਂ ਇਹ ਗਰਮੀਆਂ ਦੇ ਵਿੱਚ ਮੁੜ ਉਨ ਕਟਾ ਦਿੰਦੇ ਨੇ ਅਤੇ ਸਰਦੀਆਂ ਦੇ ਵਿੱਚ ਜਿਹੜਾ ਨਾ ਇਹਦੀ ਉਨ ਵਧੀ ਰਹਿੰਦੀ ਹੈ ਅਤੇ ਉਹ ਮੁੜ ਜਿਹੜਾ ਨਾ ਸਰਦੀਆਂ ਦੇ ਵਿੱਚ ਜਿਹੜੀ ਉਨ ਹੈ ਨਾ ਇਹ ਹੁਣ ਅੱਲਾ ਖੈਰ ਕਰੇ ਗਰਮੀਆਂ 'ਚ ਖਤਮ ਹੋ ਸਣ ਅਤੇ ਗਰਮੀਆਂ ਦੇ ਵਿੱਚ ਇਹ ਉਨ ਇਹਨਾਂ ਦੀ ਘਟਾ ਦੇ ਸਨ ਮੁੜ ਇਹਨਾਂ ਨੂੰ ਗਰਮੀ ਲੱਗ ਸੀ ਮੋਟਰਵੇ ਦੀ ਪੁੱਲ ਆ ਮੌਸਮ ਪੁੱਲ ਇਹੋ ਜਿਹੇ ਪੁੱਲਾਂ ਦੇ ਵਿੱਚ ਬਹਾ ਜਾਂਦੀਆਂ ਪੁੱਲਾਂ ਬੜੀਆਂ ਠੱਡੀਆਂ ਸੜਕ ਵਾਲ ਮੋਟਰਵੇ ਵਾਲੀਆਂ ਜਿਹੜੀ ਪੁੱਲ ਆ ਨਾ ਉਹ ਬੜੀਆਂ ਠੱਡੀਆਂ ਉਹਦੇ ਵਿੱਚ ਇਹ ਮੁੜ ਇੱਥੇ ਬੰਨੇ ਦਿਨ ਬਹਾ ਜਾਂਦੀਆਂ ਨੇ ਅਤੇ ਦੋਸਤ ਬਾਪ ਜਿਹੜੇ ਹਨ ਨਾ ਉਹ ਭੇਡਾਂ ਰੱਖਣ ਅਤੇ ਭੇਡਾਂ ਦੇ ਵਿੱਚ ਬੜਾ ਫਾਇਦਾ ਭੇਡਾਂ ਦੇ ਵਿੱਚ ਬਹੁਤ ਫਾਇਦਾ ਹੈ ਪਿਆ ਅੱਲਾ ਪਾਕ ਜਿਹੜਾ ਨਾ ਹਰ ਘਰ ਨੂੰ ਅੱਲਾ ਪਾਕ ਜਿਹੜਾ ਆਪਦੇ ਖਜ਼ਾਨੇ 'ਚ ਦੇਵੇ ਪਹਿਲੇ ਨੰਬਰ 'ਤੇ ਜੀ ਅੱਲਾ ਕੋਲ ਮੰਗਣਾ ਚਾਹੀਦਾ ਅਤੇ ਬਾਕੀ ਇਹ ਜਿਹੜਾ ਫਾਇਦੇ ਵਾਲਾ ਜਾਨਵਰ ਹੈ ਅੱਲਾ ਬਰਕਤ ਪੈਂਦਾ ਨਬੀ ਪਾਕ ਸੱਲਮ ਦੀ ਸੁਨਤ ਹੀ ਹੈ ਬੱਕਰੀਆਂ ਪਾਲਣਾ ਅਤੇ ਸੁਨਤ ਦਾ ਸਵਾਬ ਅਲਹਿਦਾ ਅਤੇ ਭੇਡਾਂ ਪਾਲੋ ਆਪਦੀਆਂ ਰੋਜ਼ੇ ਵੀ ਕਮਾਓ ਬਾਲਾਂ ਬੱਚਿਆਂ 'ਤੇ ਕਮਾਓ ਇਹ ਹੁਣ ਬਾਪ ਜੋ ਹੋਰੀ ਸਾਡੇ ਕੋਲ ਇੱਥੇ ਤਕਰੀਬਨ ਕਿਤਨੇ ਸਾਲਾਂ ਤੋਂ ਇਹ ਜਿਹੜਾ ਅੱਗੇ ਇਹਨਾਂ ਦਾ ਵਿਰਾਹ 'ਚ ਰਹਿੰਦਾ ਹੈ ਹੁਣ ਇਹ 'ਚ ਰਹਿੰਦੇ ਨੇ ਅਤੇ ਉਸ ਤੋਂ ਬਾਅਦ ਉਹ ਫੌਤ ਹੋ ਗਿਆ ਬੇਚਾਰਾ ਅਤੇ ਮੁੜ ਇਹ ਇੰਨਾ ਚਲਾਉਣੀ ਸ਼ੁਰੂ ਦੋਈਆਂ ਕੁਝ ਉੱਥੇ ਖਲੋਤੀਆਂ ਅਤੇ ਕੁਝ ਖਲੋਤੀਆਂ ਇੱਥੇ ਇਹ ਜਿਹੜੇ ਚੱਲਦੀਆਂ ਨਾ ਅਤੇ ਬੜੀਆਂ ਪਿਆਰੀਆਂ ਲੱਗਦੀਆਂ ਖੂਬਸੂਰਤ ਲੱਗਦੀਆਂ ਆ ਇਹ ਹੁਣ ਗਾਰ ਇੱਥੇ ਆ ਜਿਹੜਾ ਨਾ ਸਾਡੇ ਘਰ ਦੇ ਕੋਲ ਨਾ ਇੱਥੇ ਆਪਰ ਪਾਣੀ ਆਉਂਦਾ ਨਾ ਪਾਣੀ ਦੇ ਵਿੱਚ ਆ ਚੱਲਦੀਆਂ ਕਰਦੀਆਂ ਯਾਨੀ ਕਿ ਜੇ ਸ਼ਾ ਇਹਨਾਂ ਨੂੰ ਲੱਭਦੀ ਹੈ ਉਹ ਖਾ ਲੈਂਦੀਆਂ ਬਾਬਾ ਅਤੇ ਇਹ ਦੁਆ ਕੀ ਹੋ ਨਾ ਅੱਜ ਕੱਲ੍ਹ ਚਰਾ ਸ਼ਰਾ ਜੀ ਕੋਈ ਨਹੀਂ ਮੁੜ ਹੋਈ ਸੇ ਤਾਂ ਗੁਜ਼ਾਰਾ ਪੱਠੇ ਹੀ ਤੁਹਾਨੂੰ ਅੱਜ ਕੱਲ੍ਹ ਮੰਨ ਗਈ ਨਾ ਮਹੀਨਾ ਪੂਰਾ ਤਾਂ ਸਰਦੀ ਰਹੀ ਹੈ ਸਰਦੀ ਦਾ ਉਹਨਾਂ ਨੂੰ ਪਤਾ ਹੀ ਹੈ ਪੱਠੇ ਮੁੜੋ ਹੁਣ ਪੱਠੇ ਟੁਰਸਣ ਅੱਲਾ ਖਰ ਕੇ ਜੇ ਲੈ ਪੱਠੇ ਹੋ ਗਏ ਮੁੜ ਪੱਠੇ ਕਿਤੇ ਸੋ ਇਹਨਾਂ ਨੂੰ ਅਤੇ ਆਹ ਲੈ ਲੈ ਯਾਰ ਇਹਨਾਂ ਤਾਂ ਮੈਂ ਸਿੰਘ ਤਾਂ ਕਦੀ ਨਹੀਂ ਵੇਖੇ ਅਤੇ ਇਹ ਪਹਿਲਾਂ ਲੈ ਲਾ ਜਿਹੜੇ ਤਾਂ ਸਿੰਘ ਹੀ ਹਨ ਅੱਛਾ ਇਹ ਸਿਰਫ ਕਜਲੀ ਅੱਛਾ ਕਜਲੇ ਇਹ ਦੇਸੀ ਨਸਲ ਦੀਆਂ ਜੀ ਸਾਡੀ ਅਤੇ ਕਜਲੀ ਇੱਥੇ ਨਹੀਂ ਚੱਲਦੀ ਹਾਂ ਅਤੇ ਇਹ ਥੋੜ੍ਹੀਆਂ ਮਲੂਟੀਆਂ ਤਾਂ ਹਨ ਪਈਆਂ ਬਈ ਇਹ ਜਿਹੜਾ ਨਾ ਇੱਥੇ ਸਾਡੇ ਕੋਲ ਤੁਹਾਨੂੰ ਪਤਾ ਹੀ ਹੈ ਮਿੱਟੀ ਘੱਟਾ ਸਾਵਾਂ ਹੈ ਨਾ ਮੋਟਰਵੇ ਦੇ ਨਾਲ ਵਾ ਟੱਪਦੇ ਨਾ ਬੰਦੇ ਆ ਇਹ ਸਾਰਾ ਘੱਟਾ 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 ਇਹ ਸਾਰਾ ਘੱਟਾ ਇਹਨਾਂ ਦੇ ਉੱਤੇ ਪਾਇਆ ਜਾਂਦਾ ਅਤੇ ਗਰਮੀਆਂ ਦੇ ਵਿੱਚ ਮੁੜੇ ਨਵਾਈਂਦੇ ਸਰਦੀਆਂ ਦੇ ਵਿੱਚ ਤਾਂ ਨਵਾ ਸਕੀਂਦੀਆਂ ਨਹੀਂ ਹੈ ਜਦੋਂ ਗਰਮੀਆਂ ਨਵਾਈਂਦੇ ਨਾ ਉਹ ਲੈ ਮੁੜ ਇਹ ਘੱਟਾ ਛੱਟਾ ਜਿਹੜਾ ਨਾ ਇਹ ਹੋ ਜਾਂਦਾ ਇਹਨਾਂ ਦੇ ਉੱਤੇ ਲਾਲ ਹੋ ਜਾਂਦਾ ਬਿਲਕੁਲ ਜਿਹੜਾ ਨਾ ਚਿੱਠੀਆਂ ਸਫੈਦ ਹੋ ਜਾਂਦੀਆਂ ਅਤੇ ਇਹਦੇ ਨਾਲ ਹੀ ਤੁਸੀਂ ਦੀ ਸਮੇਂ ਨੂੰ ਇਜਾਜ਼ਤਾਂ ਇਨਸ਼ਾਅੱਲਾ ਮਿਲਣੇ ਆ ਅਗਲੇ ਵਿਲਾਗ ਦੇ ਨਾਲ ਤਾਂ ਦੋਸਤ ਬਾ ਮੁਹੱਬਤਾਂ ਜ਼ਰੂਰ ਵੰਡਣ ਸਾਰੇ ਦੋਸਤਾਂ ਦਾ ਸ਼ੁਕਰੀਆ ਉਹ ਮੇਰੇ ਵਿਲਾਗ ਵੇਂਦੇ ਹੀ ਹਨ ਅੱਲਾ ਪਾਕ ਉਹਨਾਂ ਸਾਰਿਆਂ ਬਿਰਾਵਾਂ ਨੂੰ ਸਲਾਮਤ ਰੱਖੇ ਵਸਦੇ ਰਹਿਣ ਨੂੰ ਆਬਾਦ ਰਹਿਣ ਅਤੇ ਅੱਲਾ ਪਾਕ ਉਹਨਾਂ ਨੂੰ ਕੋਈ ਦੁੱਖੀ ਨਾ ਆਵਣ ਦੇਵੇ ਅਤੇ ਇਹਦੇ ਨਾਲ ਹੀ ਤੁਸੀਂ ਦੀ ਮੈਨੂੰ ਇਜਾਜ਼ਤਾਂ ਇਨਸ਼ਾਅੱਲਾ ਮਿਲਣੇ ਆ ਅਗਲੇ ਵਿਲਾਗ ਦੇ ਨਾਲ ਇਹ ਟੁਰਦੀਆਂ ਵਧੀਆ ਨਾ ਇਹ ਦੇਵੇ।